ਨਾਲਾ ਤਾਂ ਫਿਰ ਹੁਣ ਬਾਅਦ 'ਚ ਬਣਾਇਆ, ਲੋਕਾਂ ਨੇ ਬਣਾਇਆ, ਸਾਡਾ ਵੀ ਵਿੱਚ ਯੋਗਦਾਨ ਹੋਊ, ਸਾਰਿਆਂ ਦਾ ਤੁਹਾਡਾ ਵੀ ਯੋਗਦਾਨ ਹੋਊਗਾ, ਲੋਕਾਂ ਨੇ ਬਣਾਇਆ। ਇਹ ਗੁਰੂ ਨਾਨਕ ਦੇਵ ਜੀ ਸਾਡੇ ਇਸ਼ਟ ਦੀ ਚਰਨ ਛੋਹ ਧਰਤੀ ਆ, ਗੁਰਦੁਆਰਾ ਗਊ ਘਰ ਸਾਹਿਬ। ਇਹ ਇੱਥੇ ਆ ਸਾਫ ਜਲ ਸੀਗਾ ਇਹਦਾ, ਥੱਲਿਓ ਰੇਤਾ ਦਿਖਦਾ ਸੀਗਾ, ਬੁੱਕ 'ਚ ਜਦੋਂ ਪਾਣੀ ਭਰਦੇ ਸੀਗੇ ਪੀਂਦੇ ਸੀ ਲੋਕ। ਜਿਹੜੇ ਲੋਕ ਨੇ ਉਹਨਾਂ ਨੇ ਇਹੋ ਜਿਹਾ ਪੋਲਿਊਸ਼ਨ ਵਾਲਾ ਪਾਣੀ ਕੀਤਾ ਵਾ, ਪਰ ਪਹਿਲਾਂ ਤਾਂ ਇਹ ਗੁਰੂ ਨਾਨਕ ਦੇਵ ਦੀ ਧਰਤੀ ਆ ਚਰਨ ਛੋਹ, ਉਹਦਾ ਜਿੱਥੇ ਜਾਂਦੇ ਸੀ ਉਹਦਾ ਅੰਮ੍ਰਿਤ ਬਣਾ ਦਿੰਦੇ ਸੀ ਹਰ ਚੀਜ਼। ਰਾਜਾ ਸਾਹਿਬ, ਇੱਕ ਆਰਟੀਕਲ ਪੜ੍ਹਿਆ ਸੀ ਤੁਹਾਡੇ ਬਾਰੇ, ਲਿਖਿਆ ਹੋਇਆ ਸੀਗਾ, ਤੁਸੀਂ ਉਹ 'ਚ ਜ਼ਿਕਰ ਕੀਤਾ ਕਿ ਜਦੋਂ ਮੈਂ ਛੋਟਾ ਸੀ ਤਾਂ ਮੈਂ ਆਪਣੇ ਦੋਸਤ ਦੇ ਨਾਲ ਬੁੱਢੇ ਨਾਲੇ 'ਚ ਡੁਬਕੀਆਂ ਲਾਉਂਦਾ ਹੁੰਦਾ ਸੀ, ਸਾਫ਼ ਸੀ ਪਾਣੀ, ਔਰ ਅੱਜ ਨੱਕ 'ਤੇ ਰੁਮਾਲ। ਬੁੱਢਾ ਦਰਿਆ ਸੀ ਉਦੋਂ, ਨਾਲਾ ਤਾਂ ਫਿਰ ਹੁਣ ਬਾਅਦ 'ਚ ਬਣਾਇਆ, ਲੋਕਾਂ ਨੇ ਬਣਾਇਆ, ਸਾਡਾ ਵੀ ਵਿੱਚ ਯੋਗਦਾਨ ਹੋਊ, ਸਾਰਿਆਂ ਦਾ ਤੁਹਾਡਾ ਵੀ ਯੋਗਦਾਨ ਹੋਊਗਾ, ਲੋਕਾਂ ਨੇ ਬਣਾਇਆ। ਇਹ ਮੈਂ ਤੁਹਾਨੂੰ ਦੱਸਣ ਲੱਗਿਆ, ਤੁਹਾਡੇ ਧਿਆਨ 'ਚ ਲਿਆ ਦਿੰਦਾ ਇਸ ਗੱਲ ਨੂੰ। ਇਹ ਗੁਰੂ ਨਾਨਕ ਦੇਵ ਜੀ ਸਾਡੇ ਇਸ਼ਟ ਦੀ ਚਰਨ ਛੋਹ ਧਰਤੀ ਆ, ਗੁਰਦੁਆਰਾ ਗਊ ਘਰ ਸਾਹਿਬ। ਇਹ ਇੱਥੇ ਆ ਸਾਫ਼ ਜਲ ਸੀਗਾ ਇਹਦਾ, ਥੱਲਿਓ ਰੇਤਾ ਦਿਖਦਾ ਸੀਗਾ, ਬੁੱਕ 'ਚ ਜਦੋਂ ਪਾਣੀ ਭਰਦੇ ਸੀਗੇ ਪੀਂਦੇ ਸੀ ਲੋਕ। ਇਹ ਲੋਕਾਂ ਨੇ, ਆਪਾਂ ਲੋਕਾਂ ਨੇ, ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਇਹੋ ਜਿਹਾ ਪੋਲਿਊਸ਼ਨ ਵਾਲਾ ਪਾਣੀ ਕੀਤਾ ਵਾ, ਪਰ ਪਹਿਲਾਂ ਤਾਂ ਇਹ ਗੁਰੂ ਨਾਨਕ ਦੇਵ ਦੀ ਧਰਤੀ ਆ ਚਰਨ ਛੋਹ, ਉਹਦਾ ਜਿੱਥੇ ਜਾਂਦੇ ਸੀ ਉਹਦਾ ਅੰਮ੍ਰਿਤ ਬਣਾ ਦਿੰਦੇ ਸੀ ਹਰ ਚੀਜ਼ ਨੂੰ। ਇਸ ਕਰਕੇ ਆਪਣੇ ਲੋਕਾਂ ਨੇ ਐਸੀ ਚੀਜ਼ ਬਣਾ ਦਿੱਤੀ, ਬੁੱਢਾ ਨਾਲਾ ਬਣਾ ਤਾ। ਪਰ ਹੁਣ ਲੱਗੇ ਹੋਏ ਆ, ਮਾਨ ਸਾਹਿਬ ਦਾ ਇਹ ਮਿਸ਼ਨ ਆ, ਸਾਡਾ ਵੀ, ਮੈਂ ਵੀ ਉਸ ਕਮੇਟੀ ਦਾ ਮੈਂਬਰ ਹਾਂ, ਇਹਨੂੰ ਬੁੱਢਾ ਦਰਿਆ ਦੁਬਾਰਾ ਬਣਾਉਣਾ। ਉੱਥੇ ਨਾਲਾ ਤਾਂ ਫਿਰ ਹੁਣ ਬਾਅਦ 'ਚ ਬਣਾਇਆ, ਲੋਕਾਂ ਨੇ ਬਣਾਇਆ, ਸਾਡਾ ਵੀ ਵਿੱਚ ਯੋਗਦਾਨ ਹੋਊ, ਸਾਰਿਆਂ ਦਾ ਤੁਹਾਡਾ ਵੀ ਯੋਗਦਾਨ ਹੋਊਗਾ, ਲੋਕਾਂ ਨੇ ਬਣਾਇਆ। ਇਹ ਗੁਰੂ ਨਾਨਕ ਦੇਵ ਜੀ ਸਾਡੇ ਇਸ਼ਟ ਦੀ ਚਰਨ ਛੋਹ ਧਰਤੀ ਆ, ਗੁਰਦੁਆਰਾ ਗਊ ਘਰ ਸਾਹਿਬ। ਇਹ ਇੱਥੇ ਆ ਸਾਫ਼ ਜਲ ਸੀਗਾ ਇਹਦਾ, ਥੱਲਿਓ ਰੇਤਾ ਦਿਖਦਾ ਸੀਗਾ, ਬੁੱਕ 'ਚ ਜਦੋਂ ਪਾਣੀ ਭਰਦੇ ਸੀਗੇ ਪੀਂਦੇ ਸੀ ਲੋਕ। ਜਿਹੜੇ ਲੋਕ ਨੇ ਉਹਨਾਂ ਨੇ ਇਹੋ ਜਿਹਾ ਪੋਲਿਊਸ਼ਨ ਵਾਲਾ ਪਾਣੀ ਕੀਤਾ ਵਾ, ਪਰ ਪਹਿਲਾਂ ਤਾਂ ਇਹ ਗੁਰੂ ਨਾਨਕ ਦੇਵ ਦੀ ਧਰਤੀ ਆ ਚਰਨ ਛੋਹ, ਉਹਦਾ ਜਿੱਥੇ ਜਾਂਦੇ ਸੀ ਉਹਦਾ ਅੰਮ੍ਰਿਤ ਬਣਾ ਦਿੰਦੇ ਸੀ ਹਰ ਚੀਜ਼ ਨੂੰ। ਰਾਜਾ ਸਾਹਿਬ, ਇੱਕ ਆਰਟੀਕਲ ਪੜ੍ਹਿਆ ਸੀ ਤੁਹਾਡੇ ਬਾਰੇ, ਲਿਖਿਆ ਹੋਇਆ ਸੀਗਾ, ਤੁਸੀਂ ਉਹ 'ਚ ਜ਼ਿਕਰ ਕੀਤਾ ਕਿ ਜਦੋਂ ਮੈਂ ਛੋਟਾ ਸੀ ਤਾਂ ਮੈਂ ਆਪਣੇ ਦੋਸਤ ਦੇ ਨਾਲ ਬੁੱਢੇ ਨਾਲੇ 'ਚ ਡੁਬਕੀਆਂ ਲਾਉਂਦਾ ਹੁੰਦਾ ਸੀ, ਸਾਫ਼ ਸੀ ਪਾਣੀ, ਔਰ ਅੱਜ ਨੱਕ 'ਤੇ ਰੁਮਾਲ। ਬੁੱਢਾ ਦਰਿਆ ਸੀ ਉਦੋਂ, ਨਾਲਾ ਤਾਂ ਫਿਰ ਹੁਣ ਬਾਅਦ 'ਚ ਬਣਾਇਆ, ਲੋਕਾਂ ਨੇ ਬਣਾਇਆ, ਸਾਡਾ ਵੀ ਵਿੱਚ ਯੋਗਦਾਨ ਹੋਊ, ਸਾਰਿਆਂ ਦਾ ਤੁਹਾਡਾ ਵੀ ਯੋਗਦਾਨ ਹੋਊਗਾ, ਲੋਕਾਂ ਨੇ ਬਣਾਇਆ। ਇਹ ਮੈਂ ਤੁਹਾਨੂੰ ਦੱਸਣ ਲੱਗਿਆ, ਤੁਹਾਡੇ ਧਿਆਨ 'ਚ ਲਿਆ ਦਿੰਦਾ ਇਸ ਗੱਲ ਨੂੰ। ਇਹ ਗੁਰੂ ਨਾਨਕ ਦੇਵ ਜੀ ਸਾਡੇ ਇਸ਼ਟ ਦੀ ਚਰਨ ਛੋਹ ਧਰਤੀ ਆ, ਗੁਰਦੁਆਰਾ ਗਊ ਘਰ ਸਾਹਿਬ। ਇਹ ਇੱਥੇ ਆ ਸਾਫ਼ ਜਲ ਸੀਗਾ ਇਹਦਾ, ਥੱਲਿਓ ਰੇਤਾ ਦਿਖਦਾ ਸੀਗਾ, ਬੁੱਕ 'ਚ ਜਦੋਂ ਪਾਣੀ ਭਰਦੇ ਸੀਗੇ ਪੀਂਦੇ ਸੀ ਲੋਕ। ਇਹ ਲੋਕਾਂ ਨੇ, ਆਪਾਂ ਲੋਕਾਂ ਨੇ, ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਇਹੋ ਜਿਹਾ ਪੋਲਿਊਸ਼ਨ ਵਾਲਾ ਪਾਣੀ ਕੀਤਾ ਵਾ, ਪਰ ਪਹਿਲਾਂ ਤਾਂ ਇਹ ਗੁਰੂ ਨਾਨਕ ਦੇਵ ਦੀ ਧਰਤੀ ਆ ਚਰਨ ਛੋਹ, ਉਹਦਾ ਜਿੱਥੇ ਜਾਂਦੇ ਸੀ ਉਹਦਾ ਅੰਮ੍ਰਿਤ ਬਣਾ ਦਿੰਦੇ ਸੀ ਹਰ ਚੀਜ਼ ਨੂੰ। ਇਸ ਕਰਕੇ ਆਪਣੇ ਲੋਕਾਂ ਨੇ ਐਸੀ ਚੀਜ਼ ਬਣਾ ਦਿੱਤੀ, ਬੁੱਢਾ ਨਾਲਾ ਬਣਾ ਤਾ। ਪਰ ਹੁਣ ਲੱਗੇ ਹੋਏ ਆ, ਮਾਨ ਸਾਹਿਬ ਦਾ ਇਹ ਮਿਸ਼ਨ ਆ, ਸਾਡਾ ਵੀ, ਮੈਂ ਵੀ ਉਸ ਕਮੇਟੀ ਦਾ ਮੈਂਬਰ ਹਾਂ, ਇਹਨੂੰ ਬੁੱਢਾ ਦਰਿਆ ਦੁਬਾਰਾ ਬਣਾਉਣਾ। ਉੱਥੇ